ਭਗਤ ਸਿੰਘ ਇਸ ਵਾਰ ਨਾ ਜੰਮੀ ਪਾ ਕੇ ਚੋਲਾ ਭਾਰਤ ਵਾਸੀ ਦਾ, ਦੇਸ਼ ਭਗਤੀ ਦੀ ਸਜ਼ਾ 'ਚ ਪੈਣਾ ਫਿਰ ਗਲ ਵਿੱਚ ਰੱਸਾ ਫਾਂਸੀ ਦਾ। ਆਜ਼ਾਦੀ ਦੇ 70 ਸਾਲਾਂ ਦੇ ਲੰਬੇ ਪੈਂਡੇ ਤੋਂ ਮਿਲ ਕੇ ਚੱਲਦੇ ਆ ਰਹੇ ਸਾਰੇ ਭਾਰਤ ਵਾਸੀਆਂ ਨੂੰ ਮੇਰੇ ਵੱਲੋਂ ਯਾਨੀ ਕਿ ਕਾਂਕਸ਼ੀ ਸਿੰਘ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਅਸਮਾਨ ਵਿੱਚ ਲਹਿਰਾਉਂਦੇ ਹੋਏ ਝੰਡੇ ਨੂੰ ਵੇਖ ਕੇ ਹੋ ਰਹੀ ਫੁੱਲਾਂ ਦੀ ਵਰਖਾ ਨੂੰ ਖੁਸ਼ਬੂ ਨਾਲ ਭਰ ਦੇਵੇ, ਅੱਜ ਦੀ ਇਸ ਖਾਸ ਪੇਸ਼ਕਸ਼ ਵਿੱਚ ਮੈਂ ਤੁਹਾਡੇ ਸਭ ਦਾ ਨਿੱਘਾ ਸਵਾਗਤ ਕਰਦੀ ਹਾਂ। ਅੱਜ ਦੇਸ਼ ਦੇ ਕੋਨੇ ਕੋਨੇ ਵਿੱਚ ਵਰ੍ਹਿਆਂ ਦੀ ਜਦੋ ਜ਼ਹਿਦ ਤੋਂ ਬਾਅਦ ਮਿਲੀ ਆਜ਼ਾਦੀ ਦੀ ਖੁਸ਼ੀ ਮਨਾਉਣ ਦੇ ਲਈ ਜਸ਼ਨ ਚੱਲ ਰਹੇ ਨੇ। ਆਜ਼ਾਦੀ ਜਿਹੜੀ ਸਾਨੂੰ ਕਿਸੇ ਥਾਲ ਵਿੱਚ ਪਰੋਸ ਕੇ ਕਿਸੇ ਤੋਹਫੇ ਦੇ ਰੂਪ 'ਚ ਨਹੀਂ ਮਿਲੀ, ਬਲਕਿ ਇਸ ਆਜ਼ਾਦੀ ਲਈ ਤਲੀਆਂ 'ਤੇ ਸਿਰ ਰੱਖ ਕੇ ਸਾਡੇ ਦੇਸ਼ ਭਗਤਾਂ ਨੇ ਆਪਣੇ ਖੂਨ ਨੂੰ ਬਹਾ ਕੇ ਪ੍ਰਾਪਤ ਕੀਤੀ ਸੀ, ਅਤੇ ਇਸ ਆਜ਼ਾਦੀ ਦੇ ਲਈ ਅਸੀਂ ਬਹੁਤ ਭਾਰੀ ਕੀਮਤ ਚੁਕਾਈ ਹੈ। ਅੱਜ 15 ਅਗਸਤ ਹੈ। ਜੀ ਹਾਂ, ਅੱਜ ਭਾਰਤੀਆਂ ਦੀ ਵਟਸਐਪ ਦੀਆਂ ਡੀਪੀਆਂ ਬਦਲੀਆਂ ਜਾਣਗੀਆਂ, ਫੇਸਬੁੱਕ 'ਤੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀਆਂ ਵੀ ਦਿੱਤੀਆਂ ਜਾਣਗੀਆਂ, ਭਾਸ਼ਣਾਂ ਦੇ ਨਾਲ ਸਟੇਜ ਸਜਾਏ ਜਾਣਗੇ ਅਤੇ ਦੇਸ਼ ਭਗਤੀ ਦੇ ਗੀਤਾਂ ਨੂੰ ਗੁਣਗੁਣਾਇਆ ਜਾਏਗਾ, ਜਿਸ ਵਿੱਚ ਕੁਛ ਗਲਤ ਨਹੀਂ ਹੈ। ਪਰ ਦੋਸਤੋ, ਇਹ ਕੋਈ ਤਿਉਹਾਰ ਜਾਂ ਕੋਈ ਵਿਆਹ ਦੀ ਉਹ ਸਾੜੀ ਨਹੀਂ ਹੈ ਜਾਂ ਉਹ ਕੋਈ ਪੋਸ਼ਾਕ ਨਹੀਂ ਹੈ ਜੋ ਸਿਰਫ 15 ਅਗਸਤ ਵਾਲੇ ਦਿਨ ਹੀ ਪਵੇਗੀ, ਅਤੇ ਬਾਕੀ ਦੇ ਦਿਨ ਇਹ ਰਾਸ਼ਟਰਵਾਦ ਦੀ ਭਾਵਨਾ ਨੂੰ ਕਿਸੇ ਸੰਦੂਕ ਵਿੱਚ ਬੰਦ ਕਰਕੇ ਰੱਖ ਦਿੱਤਾ ਜਾਵੇਗਾ। ਅਜੀਬ ਗੱਲ ਹੈ, ਭਾਰਤ 'ਚ ਹਥਿਆਰ ਖਰੀਦਣ ਦੀ ਇੱਕ ਲਾਇਸੈਂਸ ਦੀ ਜ਼ਰੂਰਤ ਪੈਂਦੀ ਹੈ, ਪਰ ਉਸਨੂੰ ਵਰਤਣ ਦੇ ਲਈ ਕਿਸੇ ਲਾਇਸੈਂਸ ਦੀ ਨਹੀਂ। ਪਰ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਇਸ ਨੂੰ ਸ਼ੌਂਕ ਵਜੋਂ ਵਰਤ ਰਹੀ ਹੈ। ਅਗਰ ਉਹਨਾਂ ਤੋਂ ਪੁੱਛਿਆ ਜਾਵੇ ਤਾਂ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਇਹ ਤਾਂ ਸਾਡੇ ਕੌਮ ਦਾ ਹਿੱਸਾ ਹੈ, ਕਿਉਂਕਿ ਭਗਤ ਸਿੰਘ ਵਰਗਿਆਂ ਨੇ ਵੀ ਆਪਣੇ ਨਾਲ ਅਸਲੇ ਰੱਖੇ ਹੋਏ ਸਨ। ਪਰ ਦੋਸਤੋ, ਭਗਤ ਸਿੰਘ ਨੇ ਅਸਲਾ ਇੱਕ ਮਕਸਦ ਦੇ ਕਾਰਨ ਰੱਖਿਆ ਸੀ, ਅਤੇ ਉਹ ਮਕਸਦ ਕ੍ਰਾਂਤੀਕਾਰੀ ਦਾ ਸੀ, ਨਾ ਕਿ ਸ਼ੌਂਕ ਦਾ। ਅੱਜ ਦੀ ਸਵੇਰ ਵਿੱਚ ਵੱਖਰਾ ਹੀ ਰੌਬ ਹੈ, ਕਿਉਂਕਿ ਅੱਜ ਸਾਰਾ ਦੇਸ਼ ਰਲ ਕੇ ਆਪਣਾ 70ਵਾਂ ਸੁਤੰਤਰਤਾ ਦਿਹਾੜਾ ਜੋ ਮਨਾ ਰਿਹਾ ਹੈ। ਦੇਸ਼ ਵਿੱਚ ਵਸ ਰਹੇ ਵੱਖ ਵੱਖ ਕੌਮੀ ਸੱਭਿਅਤਾਵਾਂ ਨੂੰ ਸਾਂਭਦੇ ਹੋਏ ਅੱਜ ਵੀ ਭਾਰਤ ਅਖੰਡ ਭਾਰਤ ਅਖਵਾਉਂਦਾ ਹੈ। ਇੰਨੇ ਸਮੇਂ ਦੇ ਵਿੱਚ ਭਾਰਤ ਨੇ ਫਰਸ਼ ਤੋਂ ਅਰਸ਼ ਤੱਕ ਪਹੁੰਚਣ ਦਾ ਸਫ਼ਰ ਤੈਅ ਕੀਤਾ ਹੈ, ਜੋ ਕਿ ਅਜੇ ਵੀ ਮੁੱਕਿਆ ਨਹੀਂ ਹੈ, ਚੱਲਦਾ ਹੀ ਪਿਆ ਹੈ। ਖੇਤਰ ਕੋਈ ਵੀ ਹੋਵੇ, ਚਾਹੇ ਖੇਡਾਂ ਜਾਂ ਖੇਤੀ, ਰਾਜਨੀਤੀ ਜਾਂ ਲੋਕ ਸਾਹਿਤ,
ਡਾਕਟਰੀ ਜਾਂ ਵਿਗਿਆਨ ਹਰ ਜਗ੍ਹਾ ਭਾਰਤ ਦੇ ਹੀ ਚਰਚੇ ਹਨ। ਇਹ ਭਾਰਤ ਦੀ ਸਭ ਤੋਂ ਵੱਡੀ ਉਪਲਬਧੀ ਹੈ ਜਿੱਥੇ ਆਜ਼ਾਦੀ ਦੇ 70 ਸਾਲ ਪੂਰੇ ਹੋਏ ਬਾਅਦ ਤਿਰੰਗੇ ਝੰਡੇ ਨੂੰ ਦੇਸ਼ ਦੀ ਆਜ਼ਾਦੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਅੱਜ ਇਸ ਨੂੰ ਆਧਾਰ ਕਾਰਡ ਰਾਹੀਂ ਇੱਕ ਨਵੀਂ ਪਹਿਚਾਣ ਦੇ ਦਿੱਤੀ ਗਈ ਹੈ। ਭਾਰਤ ਦੇ ਹਰੇਕ ਨਾਗਰਿਕ ਲਈ ਸਰਕਾਰ ਨੇ ਇਹ ਉਪਰਾਲਾ ਕੀਤਾ ਹੈ ਜਿਸ ਵਿੱਚ ਭਾਰਤ ਵਿੱਚ ਜਨਮੇ ਨਵਜਾਤ ਬੱਚੇ ਤੋਂ ਲੈ ਕੇ ਵੱਡੇ ਵਡੇਰੇ ਬਜ਼ੁਰਗਾਂ ਦੇ ਆਧਾਰ ਕਾਰਡ ਭਾਰਤ ਸਰਕਾਰ ਵੱਲੋਂ ਬਣਾਏ ਗਏ ਹਨ, ਜੋ ਕਿ ਸਾਨੂੰ ਪੂਰਾ ਭਾਰਤੀ ਹੋਣ ਦਾ ਅਹਿਸਾਸ ਕਰਾਉਂਦਾ ਹੈ। ਦੂਜੇ ਪਾਸੇ ਦੇਸ਼ ਨੋਟਬੰਦੀ ਕਰਕੇ ਆਵਾਮ ਨੂੰ ਥੋੜੀ ਪਰੇਸ਼ਾਨੀ ਤਾਂ ਜ਼ਰੂਰ ਚੱਲਣੀ ਪਈ, ਪਰ ਬਾਅਦ ਵਿੱਚ ਇਸ ਦਾ ਚੰਗਾ ਅਸਰ ਦੇਖਣ ਨੂੰ ਮਿਲਿਆ। ਦੇਸ਼ 'ਚ ਵਧੀ ਹੋਈ ਭ੍ਰਿਸ਼ਟਾਚਾਰ ਦੀ ਬਿਮਾਰੀ ਤੇ ਨੋਟਬੰਦੀ ਕਾਰਨ ਰੋਕ ਲਾਉਣ ਤੇ ਸਰਕਾਰ ਕੁਝ ਹੱਦ ਤੱਕ ਸਫਲ ਸਾਬਿਤ ਹੋਈ ਹੈ, ਪਰ ਫਿਰ ਵੀ ਭਾਰਤ 'ਚ ਕੱਲਾ ਭ੍ਰਿਸ਼ਟਾਚਾਰ ਹੀ ਨਹੀਂ, ਬੇਰੋਜ਼ਗਾਰੀ, ਅਨਪੜ੍ਹਤਾ, ਗਰੀਬੀ ਅਤੇ ਹੋਰ ਵੀ ਕਈ ਮੁੱਦੇ ਹਨ ਜਿਸ ਤੇ ਕੰਮ ਕਰਨ ਦੀ ਜ਼ਰੂਰਤ ਹੈ। ਜਿੱਥੇ ਇੱਕ ਪਾਸੇ ਦੇਸ਼ ਅੱਜ 70ਵੇਂ ਸੁਤੰਤਰਤਾ ਦਿਹਾੜੇ ਦੀ ਖੁਸ਼ੀ ਵਿੱਚ ਡੁੱਬਿਆ ਪਿਆ ਹੈ, ਦੂਜੇ ਪਾਸੇ ਨੌਜਵਾਨ ਇਸ ਤੇ ਆਪਣੀ ਵੱਖਰੀ ਸੋਚ ਰੱਖਦੇ ਹਨ। ਸਭ ਦੇ ਲਈ ਆਜ਼ਾਦੀ ਦਾ ਮਤਲਬ ਵੱਖਰਾ ਹੈ। ਕੋਈ ਘੁੰਮਣ ਫਿਰਨ ਨੂੰ ਆਜ਼ਾਦੀ ਮੰਨਦਾ ਹੈ ਤੇ ਕੋਈ ਦੇਸ਼ ਭਗਤਾਂ ਦਾ ਸ਼ੁਕਰ ਕਰਦਾ ਹੈ ਕਿ ਆਪਣੀ ਕੁਰਬਾਨੀ ਦੇ ਕੇ ਉਹ ਭਾਰਤ ਨੂੰ ਆਜ਼ਾਦ ਕਰਾ ਗਏ ਹਨ, ਅਤੇ ਕੁਝ ਆਜ਼ਾਦ ਭਾਰਤ 'ਚ ਅੱਜ ਵੀ ਆਪਣੇ ਆਪ ਨੂੰ ਮਾਨਸਿਕ ਤੌਰ ਤੇ ਆਜ਼ਾਦ ਨਹੀਂ ਮੰਨਦੇ। ਆਓ ਸੁਣਦੇ ਹਾਂ ਇਸ ਦੇ ਬਾਰੇ ਸਾਡੇ ਨੌਜਵਾਨਾਂ ਦੇ ਕੀ ਵਿਚਾਰ ਹਨ। ਹਾਂਜੀ, ਅਸੀਂ ਯਾਦ ਮੁਲਕਤ ਜੀ ਰਹੇ ਹਾਂ, ਜੋ 1947 ਦੇ ਵਿੱਚ ਸਾਨੂੰ ਆਜ਼ਾਦੀ ਮਿਲੀ ਹੈਗੀ, ਅਤੇ ਅਸੀਂ ਯਾਦ ਹਾਂ ਅੱਜ ਦੇ ਮੁਲਕ ਦੇ ਵਿੱਚ। ਪਰ ਪ੍ਰੋਬਲਮ ਕੀ ਹੈ, ਜਿੱਥੇ ਲੋਕ ਕਹਿੰਦੇ ਆ ਕਿ ਅੱਜ ਅਸੀਂ ਯਾਦ ਨਹੀਂ ਹਾਂ, ਲੋਕਾਂ ਦੀ ਮਾਨਸਿਕਤਾ ਯਾਦ ਨਹੀਂ ਹੈਗੀ, ਕਿਉਂਕਿ ਲੋਕ ਸਿਸਟਮ ਬਾਰੇ ਗਲਤ ਬੋਲਦੇ ਆ, ਅੱਜ ਕਰਪਸ਼ਨ ਹੈ, ਅੱਜ ਜੇ ਹੈ ਵੋ ਹੈ, ਪਰ ਉਹਨੂੰ ਠੀਕ ਕਰਨ ਬਾਰੇ ਨਹੀਂ ਕੋਈ ਸੋਚਦਾ। ਮੁਲਕ ਤਾਂ ਆਪਣਾ ਯਾਦ ਆ, ਕਾਨੂੰਨ ਇੱਕ ਹਰ ਬੰਦੇ ਨੂੰ ਬਰਾਬਰ ਦਾ ਹੱਕ ਦੇ ਰਿਹਾ, ਆਪਾਂ ਯਾਦ ਲੋਕਤੰਤਰ ਦੇ ਵਿੱਚ ਰਹਿ ਰਹੇ ਹਾਂ, ਪਰ ਲੋਕਾਂ ਦੀ ਮਾਨਸਿਕਤਾ ਯਾਦ ਨਹੀਂ ਹੈਗੀ। ਜਿਵੇਂ ਕਹਿੰਦੇ ਹੁੰਦੇ ਆ ਕਿ ਭਗਤ ਸਿੰਘ ਤਾਂ ਜੰਮੇ ਪਰ ਸਾਡੇ ਘਰ ਨਾ ਜੰਮੇ, ਕਿਸੇ ਦੇ ਹੋਰ ਜੰਮੇ। ਮੈਸੇਜ ਤਾਂ ਇਹੀ ਹੈ ਕਿ ਸਿਸਟਮ ਨੂੰ ਸੁਧਾਰਨ ਦੀ ਆਪਾਂ ਟਰਾਈ ਕਰੀਏ। ਜੇ ਕੋਈ ਆਪਾਂ ਨੂੰ ਕੋਈ ਅਧਿਕਾਰੀ ਮਿਲਦਾ, ਕੋਈ ਕਰਪਟ ਮਿਲਦਾ, ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਆਪਾਂ ਆਪਣਾ ਕੰਮ ਤਾਂ ਕਢਵਾ ਲਈਏ ਅਤੇ ਵੈਸੇ ਸਿਸਟਮ ਨੂੰ ਨਿੰਦੀ ਆਈਏ। ਉੱਥੇ ਆਵਾਜ਼ ਉਠਾਉਣ ਦਾ ਹੱਕ ਬਣਦਾ, ਹਰ ਇੱਕ ਨਾਗਰਿਕ ਨੂੰ ਆਪਣਾ ਫਰਜ਼ ਸਮਝਣਾ ਚਾਹੀਦਾ, ਆਪਣੇ ਨੈਤਿਕ ਮੂਲਕ ਸਿਧਾਂਤਾਂ ਤੋਂ ਜਾਣੂ ਹੋਣਾ ਚਾਹੀਦਾ ਤੇ ਉਹਨਾਂ ਦੇ ਅਕੋਰਡਿੰਗ ਚੱਲਣਾ ਚਾਹੀਦਾ। ਭਾਰਤ ਦੀ ਜਦ ਵੰਡ ਹੋਈ, ਟੁਕੜੇ ਕੱਲੇ ਭਾਰਤ ਦੇ ਨਹੀਂ ਹੋਏ, ਇਸ ਦੇ ਨਾਲ ਵੰਡ ਦਾ ਦੁੱਖ ਪੰਜਾਬ ਨੇ ਵੀ ਝੇਲਿਆ। ਆਓ ਜਾਣਦੇ ਹਾਂ ਇਸ ਦੇ ਇੱਕ ਨੌਜਵਾਨ ਦੇ ਕੀ ਵਿਚਾਰ ਹਨ। ਹਾਂ ਮੈਡਮ, ਜਿਹੜਾ ਸਾਡਾ ਦੇਸ਼ ਹੈ ਉਹ ਸੰਵਿਧਾਨਕ ਤੌਰ 'ਤੇ ਤਾਂ ਆਜ਼ਾਦ ਹੋ ਚੁੱਕਿਆ ਜੀ, ਪਰ ਮਾਨਸਿਕ ਤੌਰ 'ਤੇ ਆਜ਼ਾਦ ਨਹੀਂ ਹੋਇਆ। ਅਸੀਂ ਹਾਲੇ ਵੀ ਜਾਤੀ ਦੇ ਆਧਾਰ 'ਤੇ, ਸਟੇਟ ਦੇ ਆਧਾਰ 'ਤੇ, ਦੇਸ਼ ਦੇ ਆਧਾਰ 'ਤੇ ਵੱਖਰੇ ਵੱਖਰੇ ਹੈ। ਸਾਨੂੰ ਇਹ ਚਾਹੀਦਾ ਵੀ ਅਸੀਂ ਸਾਰੇ ਸਿੱਖ ਹੈ ਅਤੇ ਸਾਰੇ ਸਾਡੇ ਸਿੱਖਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਅਤੇ ਬਾਕੀ ਦੀਆਂ ਗੱਲਾਂ ਬਾਅਦ 'ਚ, ਪਹਿਲਾਂ ਸਰਦਾਰ ਹੋਣਾ ਚਾਹੀਦਾ। ਕਹਿੰਦੇ ਹਨ ਸਮੇਂ ਦੇ ਨਾਲ ਸਾਰੇ ਜ਼ਖਮ ਭਰ ਜਾਂਦੇ ਹਨ, ਪਰ ਭਾਰਤ 'ਚ ਅਨੇਕਾਂ ਵਿਅਕਤੀ ਐਸੇ ਵੀ ਹਨ ਜੋ ਹਾਲੇ ਵੀ ਆਜ਼ਾਦੀ ਦਿਹਾੜੇ ਨੂੰ ਆਮ ਦਿਨਾਂ ਤਾਂ ਹੀ ਮਨਾਉਂਦੇ ਹੈ। ਉਹਨਾਂ ਲਈ ਇਹ ਦਿਨ ਵੀ ਰੋਜ਼ ਵਰਗਾ ਹੀ ਹੈ। ਸਮਝਦੇ ਤਾਂ ਕੁਛ ਲੱਗਦਾ ਨਹੀਂ ਆਜ਼ਾਦ ਕੁਛ ਹੋਇਆ ਨਹੀਂ ਐਸਾ ਐਸਾ ਕੁਛ। ਮੈਮ ਦੇਖੋ, ਹਮ ਵੀ ਚੰਡੀਗੜ੍ਹ ਮੈਂ ਇਤਨਾ ਰਹੇ, ਮੈਮ 47 ਸਾਲ ਹੋ ਗਿਆ, ਮੈਮ ਹਮੇ ਕੁਛ ਨਹੀਂ ਦਿਆ, ਮੈਮ ਗੌਰਮੈਂਟ ਨੇ ਇਹ ਬੂਟ ਪਾਲਿਸ਼ ਕਰ ਰਹੇ, ਅੱਜ ਬੱਚੇ ਪੜ੍ਹਾ ਰੱਖੇ, ਮੈਮ ਉਹ ਵੀ ਧੱਕੇ ਖਾ ਰਹੇ, ਕੋਈ ਬੋਲਦੇ ਪਾਪਾ ਕੋਈ ਨੌਕਰੀ ਨਹੀਂ ਦੇਤੇ ਤਾਂ ਬੂਟ ਪਾਲਿਸ਼ ਕਰ ਲੈਤੇ ਹਨ। ਗਰੀਬੀ ਰੇਖਾ ਦਾ ਰਾਸ਼ਨ ਕਾਰਡ ਬਣਾ ਕੇ ਦਿਆ ਇਹਨਾਂ ਨੇ, ਇਹਨਾਂ ਨੇ ਰਾਸ਼ਨ ਤੱਕ ਬੰਦ ਕਰ ਦਿਆ ਹਮਾਰਾ। ਕੁਛ ਨੌਜਵਾਨ ਸਾਨੂੰ ਐਸੇ ਵੀ ਮਿਲੇ ਜਿਨ੍ਹਾਂ ਨੂੰ ਇਹੀ ਨਹੀਂ ਸੀ ਪਤਾ ਕਿ ਅਸੀਂ ਇਸ ਵਾਰ ਕਿਹੜਾ ਸੁਤੰਤਰਤਾ ਦਿਹਾੜਾ ਮਨਾ ਰਹੇ ਹਾਂ, ਅਤੇ ਕੁਛ ਵਾਸਤੇ ਸਿਰਫ ਸ਼ੋਪਿੰਗ ਕਰਨਾ ਹੀ ਆਜ਼ਾਦੀ ਸੀ। ਇਹ ਆਪਾਂ 67th ਸਟਾਰਟ ਦਾ ਦਿਹਾੜਾ ਮਨਾ ਰਹੇ ਹਾਂ। 52 ਆਜ਼ਾਦ ਤੋਂ ਹੋ ਚੁੱਕਿਆ ਹੈ, ਬਟ ਕੁਛ ਰਿਸਟ੍ਰਿਕਸ਼ਨਸ ਹੈ ਅਭੀ ਜੋ ਇੰਡੀਆ ਮੇਂ ਹੈ, ਬਟ ਬਸ ਇਹ ਕਿ ਹਮ ਲੋਗ ਇੰਡੀਪੈਂਡੈਂਟਲੀ ਘੁੰਮ ਸਕਤੇ ਹੈ, ਇਸੀ ਕੀ ਆਜ਼ਾਦੀ ਹੈ, ਸ਼ੋਪਿੰਗ ਕਰ ਸਕਤੇ ਹੈ, ਯਹਾਂ ਪੇ ਆਏ ਹੋਏ ਹੈ।
ਇਹ ਤਾਂ ਰਹੀ ਮਜ਼ਾਕ ਦੀ ਗੱਲ। ਭਾਰਤ ਦੇ ਵਿੱਚ ਮੇਕ ਇਨ ਇੰਡੀਆ, ਡਿਜੀਟਲ ਇੰਡੀਆ ਦੀ ਸ਼ੁਰੂਆਤ ਹੋਣ ਤੋਂ ਬਾਅਦ ਭਾਰਤ ਪੂਰੇ ਵਿਸ਼ਵ ਵਿੱਚ ਆਪਣਾ ਅਲੱਗ ਪੱਧਰ ਰੱਖਦਾ ਹੈ। ਸਾਰੇ ਭਾਰਤੀ ਇਸ 'ਤੇ ਗਰਵ ਮਹਿਸੂਸ ਕਰਦੇ ਹਨ। ਉਹਨਾਂ ਦੇ ਬਾਰੇ ਇਸ 'ਤੇ ਕੀ ਵਿਚਾਰ ਹਨ, ਆਓ ਦੇਖਦੇ ਹਾਂ। Yeah, I feel India is still needs to improve. One thing what I would say with regards to independence is there should be a lot of empowerment to women. We should be free to express our thoughts and we should be self-sufficient in all the things what we do. I would definitely support Make in India here. And I also respect the jawans and the kisans who are toiling for us, working to make this country a better world. Definitely, I'm proud of being an Indian. On this 70th anniversary, I wish every citizen of India the very happy Independence Day, just because we have gone the long way since our first independence, and we should keep going this way. People will always pull the leg of the government that we are not doing enough, but we are. If we compare ourselves with all the developing countries, we have done kudos. So we should go like that. I wish every citizen of India all the very best and the government of India all the very best. Thank you. ਅੱਜ ਮੈਂ ਇਹ ਸੋਚ ਕੇ ਬਿਲਕੁਲ ਵੀ ਉਦਾਸ ਜਾਂ ਨਿਰਾਸ਼ ਨਹੀਂ ਹਾਂ ਕਿ ਸਾਡਾ ਭਾਰਤ ਦੇਸ਼ ਕਿੱਧਰ ਨੂੰ ਜਾ ਰਿਹਾ ਹੈ, ਸਗੋਂ ਅੱਜ ਮੈਂ ਬੇਹੱਦ ਖੁਸ਼ ਹਾਂ। ਸਾਡੇ ਮੁਲਕ ਨੇ ਹਰ ਖੇਤਰ ਵਿੱਚ ਕਿੰਨੀ ਤਰੱਕੀ ਕਰ ਲਈ ਹੈ ਅਤੇ ਕਰਦਾ ਵੀ ਜਾ ਰਿਹਾ ਹੈ, ਕਿਉਂਕਿ ਇਹਨਾਂ ਰਾਹਾਂ 'ਤੇ ਚੱਲਦਿਆਂ ਨੂੰ ਕੋਈ ਨਾ ਕੋਈ ਅਸਫਲਤਾਵਾਂ ਅਤੇ ਦੁਸ਼ਵਾਰੀਆਂ ਚੱਲਦੀਆਂ ਹੀ ਰਹਿੰਦੀਆਂ ਨੇ। ਅਤੇ ਅਖੀਰ ਵਿੱਚ ਮੇਰੀ ਇਹੀ ਦੁਆ ਹੈ ਕਿ ਆਜ਼ਾਦ ਅਤੇ ਮਹਿਕਦੀ ਹੋਈ ਹਵਾ ਹਰ ਮੁਲਕ ਨੂੰ ਦੇਵੀ ਰੱਬਾ।